ਸੁਣਾਈ ਹੈ ਟੌਪ ਦਾ ਦੰਗਲ। ਅੱਜ ਕਹਿੰਦੇ ਵੀ ਹੁਸ਼ਿਆਰਪੁਰ ਨਿਊਜ਼ ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਦੰਗਲ ਹੈ ਅੱਜ ਲਾਈਵ ਦਿਖਾਇਆ ਜਾ ਰਿਹਾ। ਹੀਰੇ ਭਾਜੀ ਉਹਨਾਂ ਨੇ ਵੀ ਵਧੀਆ ਪਹਿਲਵਾਨ ਦਿੱਤੇ ਹੈ। ਹੀਰਾ ਸਾਡਾ ਵੀਰ ਰਈਵਾਲ ਪਿੰਡ ਹੈ, ਡਿਸਟ੍ਰਿਕਟ ਪਟਿਆਲਾ ਸਾਡੇ ਦਰਮਿਆਨ, ਅੱਜ ਵਧੀਆ ਪਹਿਲਵਾਨ ਲੈ ਕੇ ਆਏ ਹੈ। ਸੋ ਉਹਨਾਂ ਦਾ ਵੀ ਇੱਥੇ ਪੁੱਜਣ ਦੇ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਲਓ ਮੈਦਾਨ ਵਿੱਚ ਕੁਸ਼ਤੀ ਲੱਗੀ ਹੈ ਦੋਨਾਂ ਪਹਿਲਵਾਨਾਂ ਦੀ। ਸਾਹਿਬ ਰੱਖਦੇ ਜਿਹੜੇ ਸਰੀਰ ਤਾਈਂ ਮੁੰਡੇ ਕੋਈ ਉਹਨੇ ਸਦਾ ਪ੍ਰਵਾਨ ਬਣਦੇ, ਹਾਰ ਜਿੱਤ ਦੇ ਬਿਨਾਂ ਜੋ ਖੇਡਦੇ ਨੇ ਖੇਡ ਮੇਲਿਆਂ ਦੀ ਕੋਈ ਉਹਦੀ ਸ਼ਾਨ ਬਣਦੇ, ਖੇਡ ਮੇਲਿਆਂ ਦੀ ਕੋਈ ਉਹਦੀ ਸ਼ਾਨ ਬਣਦੇ। ਢੋਲੀ ਇੱਕ ਮਿੰਟ ਭਾਜੀ, ਹੁਣ ਢੋਲੀ ਸਾਹਿਬ ਭਾਜੀ ਆ ਥੋੜ੍ਹਾ ਥੋੜ੍ਹਾ ਪਿੱਛੇ ਕਰਵਾ ਦਿਓ, ਸੰਦੋਖ ਜੀ ਕਰਵਾ ਦਿਓ ਯਾਰ ਇੱਥੋਂ ਪਿੱਛੇ ਨੂੰ ਥੋੜ੍ਹਾ ਥੋੜ੍ਹਾ ਪਿੱਛੇ ਕਰਵਾ ਦਿਓ ਸਾਰੇ ਵੀਰਾਂ ਨੂੰ। ਹਰਮਨ ਭਾਜੀ ਆ ਜਾਓ ਥੋੜ੍ਹਾ ਪਿੱਛੇ ਨੂੰ, ਲਓ ਉਤਲੇ ਪਾਸੇ ਹੈਰੀ ਭਾਜੀ ਇੱਕ ਵਾਰ ਖਾਰੇ ਨੂੰ ਸਲਾਮੀ ਜ਼ਰੂਰ ਦਿਓ ਭਾਜੀ, ਮੈਂ ਹੀਰਾ ਗਿਆ ਪਹਿਲਾਂ। ਹੈਰੀ ਭਾਜੀ ਲੰਗ ਪਿੰਡ ਹੈ ਨੌਜਵਾਨ ਦਾ, ਇੱਕ ਵਾਰ ਖਾਰੇ ਨੂੰ ਸਲਾਮੀ ਜ਼ਰੂਰ ਦਿਓ ਜੀ। ਹੈਰੀ ਭਾਜੀ ਲੰਗ ਪਿੰਡ ਡਿਸਟ੍ਰਿਕਟ ਪਟਿਆਲਾ ਵਿਸ਼ੇਸ਼ ਤੌਰ ਤੇ ਆਏ ਆ ਰਈਵਾਲ ਤੋਂ। ਸੋ ਜਿਹੜੇ ਵਿਸ਼ੇਸ਼ ਤੌਰ ਤੇ ਆਏ ਆਪਾਂ ਧੰਨਵਾਦ ਕਰਦੇ ਹਾਂ। ਹੈਰੀ ਭਾਜੀ ਰਈਵਾਲ ਤੋਂ ਜਿਹੜੇ ਵਿਸ਼ੇਸ਼ ਤੌਰ ਤੇ ਪੁੱਜੇ ਆ। ਲਓ ਮੈਦਾਨ ਵਿੱਚ ਕੁਸ਼ਤੀ ਭਾਜੀ, ਇੱਥੇ ਸੌਰ ਦੀ ਆਵਾਜ਼ ਨਹੀਂ ਆਉਂਦੀ ਯਾਰ। ਭਾਜੀ ਇੱਕ ਮਿੰਟ, ਢੋਲੀ ਢੋਲੀ ਇੱਕ ਮਿੰਟ, ਆਓ ਕੁਸ਼ਤੀ ਕੁਸ਼ਤੀ ਮੈਦਾਨ ਵਿੱਚ। ਸਰੂਪ ਦਿੱਲੀ ਵਾਲਾ, ਸਰੂਪ ਦਿੱਲੀ ਵਾਲਾ